ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ, ਗੁਰਦੁਆਰਾ ਗੁਰਸਾਗਰ ਮਸਤੁਆਣਾ ਸਾਹਿਬ। ਸਾਧ ਸੰਗਤ ਜੀ, ਅੱਜ ਤੁਹਾਨੂੰ ਐਸੇ ਯੋਧੇ ਦੇ ਤਸਵੀਰ ਦੁਆਰਾ ਦਰਸ਼ਨ ਕਰਾਉਣੇ ਨੇ, ਔਰ ਉਸ ਤੋਂ ਪਹਿਲਾਂ ਆਪਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਐਸੀ ਕਰਾਮਾਤ ਪੂਰੀ ਹੋਈ ਇਸ ਯੋਧੇ ਕਰਕੇ ਜੀ ਆਪਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਨਹੀਂ ਤਾਂ ਅੱਜ ਆਪਾਂ ਨੂੰ ਇਹ ਦਰਸ਼ਨ ਦੁਰਲੱਭ ਹੋ ਜਾਣੇ ਸੀ। ਔਰ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਪਾਂ ਨੂੰ ਪਾਸਪੋਰਟ ਬਣਵਾ ਕੇ ਪਾਕਿਸਤਾਨ ਦਾ ਵੀਜ਼ਾ ਲਵਾਉਣਾ ਪੈਣਾ ਸੀ, ਫਿਰ ਅੰਮ੍ਰਿਤਸਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣੇ ਸੀ। ਔਰ ਇਹ ਯੋਧਾ ਹੈ ਜੀ ਜਨਰਲ ਹਰਬਖਸ਼ ਸਿੰਘ, ਗੁਰੂ ਦੀ ਕਿਰਪਾ ਨਾਲ। ਔਰ ਇਸ ਯੋਧੇ ਦਾ ਜਨਮ 1913 ਈਸਵੀ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਪਿੰਡ ਬੜਰੁੱਖਾਂ ਦੇ ਵਿੱਚ ਡਾਕਟਰ ਹਰਨਾਮ ਸਿੰਘ ਦੇ ਘਰ ਹੋਇਆ। ਇਹ ਪਿੰਡ ਦੇ ਪਹਿਲੇ ਡਾਕਟਰ ਸਨ ਉਸ ਸਮੇਂ, ਜਿਹੜੇ ਕਿ ਡਾਕਟਰ ਹਰਨਾਮ ਸਿੰਘ ਦੇ ਪਿਤਾ ਜੀ ਸਨ। ਬੜਾ ਪੜ੍ਹਿਆ ਲਿਖਿਆ ਪਰਿਵਾਰ ਸੀ ਜੀ। ਔਰ ਇਹਦੀ ਮਾਤਾ 12 ਸਾਲ ਦੀ ਉਮਰ ਦੇ ਵਿੱਚ ਇਹਨੂੰ ਇਸ ਪਿੰਡ ਦੀ ਧਰਤੀ ਦੇ ਵਿੱਚ ਹੀ ਬਣੇ ਗੁਰਸਾਗਰ ਮਸਤੁਆਣਾ ਸਾਹਿਬ ਸੰਤ ਆਤਰ ਸਿੰਘ ਮਸਤੁਆਣੇ ਵਾਲਿਆਂ ਪਾਸੋਂ ਆਸ਼ੀਰਵਾਦ ਲੈਣ ਵਾਸਤੇ ਗਈ। ਔਰ ਇਹ ਯੋਧਾ 1935 ਦੇ ਵਿੱਚ ਆਰਮੀ ਦੇ ਵਿੱਚ ਭਰਤੀ ਹੋ ਗਿਆ ਜੀ। ਬੜਾ ਕੱਦਾਵਰ ਯੋਧਾ ਸੀ, ਕੱਦ ਇਹਦਾ 6.5 ਫੁੱਟ ਤੋਂ, ਦੱਸ ਰਹੇ ਨੇ ਵੀ 6.5 ਫੁੱਟ ਤੋਂ ਉੱਪਰ ਇਹਦਾ ਕੱਦ ਸੀ ਜੀ। ਔਰ ਆਪਣੀ ਪੜ੍ਹਾਈ ਅਤੇ ਕਾਬਲੀਅਤ ਕਰਕੇ ਇਹ ਪੱਛਮੀ ਕਮਾਂਡ ਦਾ ਮੁਖੀ ਹੋ ਗਿਆ, ਆਰਮੀ ਦਾ ਜਨਰਲ ਬਣ ਗਿਆ, ਜਨਰਲ ਹਰਬਖਸ਼ ਸਿੰਘ। ਔਰ 1965 ਦੇ ਵਿੱਚ ਪਾਕਿਸਤਾਨ ਦੇ ਨਾਲ ਜੰਗ ਲੱਗ ਗਈ। 13 ਸਤੰਬਰ 1965 ਨੂੰ ਪਾਕਿਸਤਾਨ ਸੀ ਜਿਹੜਾ, ਉਹ ਇੰਡੀਆ ਦੀ ਆਰਮੀ ਦੇ ਉੱਪਰ ਭਾਰੂ ਹੋ ਗਿਆ। ਔਰ ਜਦੋਂ ਪਾਕਿਸਤਾਨ ਹਾਵੀ ਹੋ ਗਿਆ ਤਾਂ ਚੀਫ ਆਫ ਆਰਮੀ ਦੇ ਦਿੱਲੀ ਤੋਂ ਚੌਧਰੀ ਸਾਹਿਬ ਦੇ ਆਰਡਰ ਆ ਗਏ ਜਨਰਲ ਹਰਬਖਸ਼ ਸਿੰਘ ਨੂੰ ਕਿ ਤੁਸੀਂ ਆਪਣੀ ਆਰਮੀ ਨੂੰ ਪਿੱਛੇ ਮੋੜ ਲਵੋ, ਅੰਮ੍ਰਿਤਸਰ ਨੂੰ ਛੱਡ ਕੇ ਆਪਣੀ ਡਿਫੈਂਸ ਲਾਈਨ ਹੈ ਜਿਹੜੀ, ਉਹ ਬਿਆਸ ਨੂੰ, ਸਤਲੁਜ ਦੇ ਪਾਸ ਬਿਆਸ ਨੂੰ ਬਣਾ ਲਵੋ। ਔਰ ਜਦੋਂ ਇਹ ਹੁਕਮ ਜਨਰਲ ਹਰਬਖਸ਼ ਸਿੰਘ ਦੇ ਕੋਲ ਆਏ ਦਿੱਲੀ ਤੋਂ ਕਿ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਲਓ, ਤਾਂ ਜਨਰਲ ਹਰਬਖਸ਼ ਸਿੰਘ ਬੜਾ ਰੋਹਬ ਅਤੇ ਵੀਰ ਰਸ ਵਿੱਚ ਆ ਗਿਆ ਜੀ। ਇਹ ਯੋਧਾ ਆਖਣ ਲੱਗਾ, ਕਿਉਂਕਿ 65 ਵਿੱਚ ਇਹ ਜੰਗ ਹੋਈ ਸੀ, ਇਹ ਯੋਧਾ ਕਹਿਣ ਲੱਗਿਆ, ਅੱਜ ਤੋਂ 17 ਸਾਲ ਪਹਿਲਾਂ ਸਾਡੇ ਪਾਸੋਂ ਨਨਕਾਣਾ ਸਾਹਿਬ ਵੀ ਗਿਆ, ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਵੀ ਅੱਜ ਤਰਸ ਰਹੇ ਹਾਂ। ਜੇ ਮੈਂ ਅੱਜ ਪਿੱਛੇ ਹਟ ਗਿਆ, ਅੰਮ੍ਰਿਤਸਰ ਨੂੰ ਛੱਡ ਕੇ ਬਿਆਸ ਦੇ ਪਾਸ ਮੈਂ ਡਿਫੈਂਸ ਲਾਈਨ ਬਣਾ ਲਈ, ਔਰ ਫਿਰ ਸਾਤੋਂ ਅੰਮ੍ਰਿਤਸਰ ਸਾਹਿਬ ਵੀ ਜਾਏਗਾ, ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਦੁਰਲੱਭ ਹੋ ਜਾਣਗੇ। ਪਰ ਇਸ ਯੋਧੇ ਨੇ ਜੀ, ਗੁਰੂ ਦੀ ਕਿਰਪਾ ਸੀ ਇਸ ਦੇ ਉੱਪਰ, ਇਸ ਯੋਧੇ ਨੇ ਦਿੱਲੀ ਤੋਂ ਆਏ ਹੋਏ ਹੁਕਮ ਠੁਕਰਾ ਦਿੱਤੇ, ਆਪਣੀ ਆਰਮੀ ਨੂੰ ਕਾਇਮ ਕਰ ਲਿਆ, ਆਪ ਆਰਮੀ ਦੀ ਕਮਾਂਡ ਸੰਭਾਲਦਾ ਹੋਇਆ ਸਾਰੀ ਆਰਮੀ ਨੂੰ ਹੱਲਾਸ਼ੇਰੀ ਦੇ ਰਿਹਾ। ਔਰ ਐਸਾ ਇਸ ਨੇ ਹਮਲਾ ਪਾਕਿਸਤਾਨ ਦੀ ਸੈਨਾ ਦੇ ਉੱਪਰ ਤਾੜ ਬਤੋੜ ਪੂਰੇ ਜ਼ੋਰ ਦੇ ਨਾਲ ਇਹਨੇ ਹੱਲਾ ਕੀਤਾ, ਅਤੇ ਪਾਕਿਸਤਾਨ ਦੀ ਫੌਜ ਦੇ ਕਿੰਨੇ ਹੀ ਫੌਜੀ ਕੁਝ ਮਾਰੇ ਗਏ ਅਤੇ ਕੁਝ ਰੈਸਟ ਕਰ ਲਏ, ਕਿਤਨੇ ਹੀ ਪੈਟਲ ਟੈਂਕ ਜਿਹੜੇ ਉਹ ਬੰਬਾਂ ਨਾਲ ਖਤਮ ਕਰ ਦਿੱਤੇ, ਹਵਾਈ ਜਹਾਜ਼ ਵੀ ਸੁੱਟ ਲਏ। ਔਰ ਗੁਰਮੁਖ ਪਿਆਰਿਓ, ਗੱਲ ਮੁਕਾਓ ਵੀ ਪਾਕਿਸਤਾਨ ਦੀ ਫੌਜ ਨੂੰ ਵਾਹਗਾ ਬਾਰਡਰ ਤੋਂ ਪਿੱਛੇ ਹਟਣਾ ਪਿਆ। ਔਰ ਇਹ ਜੰਗ ਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ ਭਾਰਤ ਦੀ ਇਸ ਜੰਗ ਦੇ ਵਿੱਚ ਜਿੱਤ ਹੋਈ। ਹੁਣ ਜਿੱਤ ਤੋਂ ਬਾਅਦ
ਜਦੋਂ ਜਿੱਤ ਦਾ ਨਿਰੀਖਣ ਦੋਨਾਂ ਮੁਲਕ ਕਰ ਰਹੇ ਨੇ ਤਾਂ ਪਾਕਿਸਤਾਨ ਦਾ ਰਾਸ਼ਟਰਪਤੀ ਉਹਦਾ ਬਿਆਨ ਆ ਗਿਆ ਕਿ ਸਾਡੀ ਜਿਹੜੀ ਫੌਜ ਸੀ ਅਗਰ ਹਰਜਨ ਹਰਬਖਸ਼ ਸਿੰਘ ਸਾਡੇ ਅੱਗੇ ਪਹਾੜ ਦੇ ਵਾਂਗ ਨਾ ਅੜਦਾ ਪਹਾੜ ਦੇ ਵਾਂਗ ਨਾ ਖੜਦਾ ਤਾਂ ਅਸੀਂ ਅੰਬਾਲੇ ਤੱਕ ਇੰਡੀਆ ਨੂੰ ਸਰ ਕਰ ਲੈਣਾ ਸੀ। ਇੱਧਰ ਭਾਰਤ ਵਾਲੇ ਪਾਸੇ ਵੀ ਜਦੋਂ ਇਸ ਜੰਗ ਦਾ ਨਿਰੀਖਣ ਹੋ ਰਿਹਾ ਹੈ ਤਾਂ ਕੀ ਹੋਇਆ ਗੁਰਮੁਖ ਪਿਆਰਿਓ, ਇਸ ਯੋਧੇ ਨੂੰ ਸਨਮਾਨ ਦੇਣ ਦੀ ਬਜਾਏ ਇਸ ਨੂੰ ਸਰਕਾਰ ਨੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਦੇ ਉੱਪਰ ਕੋਰਟ ਮਾਰਸ਼ਲ ਦੀ ਧਾਰਾ ਲਾ ਦਿੱਤੀ ਕਿ ਤੂੰ ਚੀਫ ਆਫ ਆਰਮੀ ਦੇ ਜਿਹੜੇ ਆਰਡਰ ਨੇ ਉਹ ਨਹੀਂ ਮੰਨੇ, ਤੂੰ ਆਰਮੀ ਦੇ ਕਾਨੂੰਨਾਂ ਦੀ ਹੁਕਮ ਅਦੂਲੀ ਕੀਤੀ ਹੈ ਔਰ ਆਪਣੇ ਸੀਨੀਅਰ ਦੇ ਹੁਕਮ ਨਾ ਮੰਨਣ ਕਰਕੇ ਇਹਦਾ ਕੋਰਟ ਮਾਰਸ਼ਲ ਕਰ ਦਿੱਤਾ। ਇਸ ਨੂੰ ਵਿਚਾਰੇ ਨੂੰ ਸਨਮਾਨ ਤਾਂ ਕੀ ਦੇਣਾ ਸੀ, ਉਲਟਾ ਇਹਨੂੰ ਸਰਕਾਰ ਜਿਹੜੀ ਏਜੰਸੀਆਂ ਜਲੀਲ ਕਰਨ ਲੱਗ ਗਈਆਂ, ਜਿਸ ਤਰ੍ਹਾਂ ਕਿ ਬੰਗਲਾਦੇਸ਼ ਦੀ ਜਿੱਤ ਤੋਂ ਬਾਅਦ ਜਨਰਲ ਸੁਵੇਗ ਸਿੰਘ ਨੂੰ ਏਜੰਸੀਆਂ ਨੇ ਜਲੀਲ ਕੀਤਾ ਸੀ ਔਰ ਉਸ ਨੂੰ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਕਿਸੇ ਤੋਂ ਗਿਫਟ ਲੈਣ ਦੇ ਦੋਸ਼ ਵਿੱਚ ਉਹਦਾ ਕੋਰਟ ਮਾਰਸ਼ਲ ਕਰਾ ਕੇ ਉਹਨੂੰ ਜਲੀਲ ਕਰਿਆ। ਇਸੇ ਤਰ੍ਹਾਂ ਜਨਰਲ ਹਰਬਖਸ਼ ਸਿੰਘ ਨੂੰ ਵੀ ਜਲੀਲ ਐਸਾ ਕਰਿਆ ਕਿ ਕੋਰਟ ਮਾਰਸ਼ਲ ਉਹਦਾ ਕਰ ਦਿੱਤਾ। ਉਸ ਸਮੇਂ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸੀ, ਬੜਾ ਸੂਝਵਾਨ ਸੀ ਔਰ ਲਾਲ ਬਹਾਦਰ ਸ਼ਾਸਤਰੀ ਨੇ ਇਹ ਸਾਰਾ ਕੋਰਟ ਮਾਰਸ਼ਲ ਦਾ ਕੇਸ ਕਹਿੰਦਾ ਇਹ ਬਿਲਕੁਲ ਇਸ ਯੋਧੇ ਦੇ ਹੱਕ ਵਿੱਚ ਕੱਲਾ ਸ਼ੇਰ ਲਾਲ ਬਹਾਦਰ ਸ਼ਾਸਤਰੀ ਖੜਾ ਹੋਇਆ, ਕਹਿੰਦਾ ਜਨ ਹਰਬਖਸ਼ ਸਿੰਘ ਕਰਕੇ ਅੱਜ ਸਾਡੀ ਧਰਤੀ ਅੰਮ੍ਰਿਤਸਰ ਸਾਡੇ ਇੰਡੀਆ ਦੇ ਪਾਸ ਹੈ, ਜੇ ਇਹ ਦਿੱਲੀ ਵਾਲੇ ਹੁਕਮ ਮੰਨ ਲੈਂਦਾ ਤਾਂ ਸਾਡੇ ਪਾਸੋਂ ਕਿੰਨੀ ਹੀ ਧਰਤੀ ਸੀ ਜਿਹੜੀ ਉਹ ਪਾਕਿਸਤਾਨ ਵਾਲੇ ਪਾਸੇ ਚਲੀ ਜਾਣੀ ਸੀ। ਲਾਲ ਬਹਾਦਰ ਸ਼ਾਸਤਰੀ ਇਹਦੇ ਹੱਕ ਵਿੱਚ ਖੜਿਆ ਔਰ ਉਸ ਤੋਂ ਇੱਕ ਸਾਲ ਬਾਅਦ ਫਿਰ ਇਹਨੂੰ ਤਿੰਨ ਸਨਮਾਨ ਮਿਲੇ ਇਸ ਯੋਧੇ ਨੂੰ। ਪਦਮਾ ਵਿਭੂਸ਼ਣ 1966 ਵਿੱਚ ਇਹਨੂੰ ਸਨਮਾਨ ਮਿਲਿਆ, ਇੱਕ ਵਿਭੂਸ਼ਣ ਸਨਮਾਨ ਮਿਲਿਆ, ਇੱਕ ਇਹਨੂੰ ਵੀਰ ਚੱਕਰ ਸਨਮਾਨ ਮਿਲਿਆ। ਸੋ ਗੁਰਮੁਖ ਪਿਆਰਿਓ 1935 ਵਿੱਚ ਇਹ ਆਰਮੀ 'ਚ ਭਰਤੀ ਹੋਇਆ ਸੀ ਅਤੇ 1969 ਦੇ ਵਿੱਚ ਇਹ ਰਿਟਾਇਰ ਹੋਇਆ। ਔਰ ਹੋਰ ਇਹਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਜੂਨ 84 ਦੇ ਵਿੱਚ ਜਿਹੜੇ ਫੌਜੀ ਧਰਮੀ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਭੱਜੇ ਸਨ ਉਹਨਾਂ ਦੇ ਕੇਸ ਅਦਾਲਤ ਵਿੱਚ ਇਹ ਯੋਧੇ ਨੇ ਲੜੇ। ਇਹਨੇ ਸਿੱਧ ਕਰ ਦਿੱਤਾ ਸੀ ਕਿ ਇਹ ਜਿੰਨੇ ਧਰਮੀ ਫੌਜੀ ਬੈਰਕਾਂ ਛੱਡ ਕੇ ਭੱਜੇ ਹਨ ਉਹ ਦੇਸ਼ ਧਰੋਹੀ ਨਹੀਂ, ਉਹਨਾਂ ਨੇ ਸਿਰਫ ਆਪਣੇ ਧਰਮ ਦੀ ਰੱਖਿਆ ਲਈ ਇਹ ਕਦਮ ਚੁੱਕਿਆ ਹੈ, ਇਹ ਕੱਲਾ ਯੋਧਾ ਉਹਨਾਂ ਦੇ ਪੱਖ ਵਿੱਚ ਖੜਿਆ ਸੀ। ਸੋ ਅਖੀਰ ਵਿੱਚ ਇਹ ਯੋਧਾ 86 ਸਾਲ ਦੀ ਉਮਰ ਭੋਗ ਕੇ 14 ਨਵੰਬਰ 1999 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਿਆ। ਇਸ ਯੋਧੇ ਨੂੰ ਪੰਜਾਬੀ ਵੀ ਭੁੱਲ ਗਏ, ਸਿੱਖ ਕੌਮ ਵੀ ਭੁੱਲ ਗਈ, ਹੋਰ ਤਾਂ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭੁੱਲ ਗਈ ਔਰ ਲੋਕਾਂ ਦੇ ਸੰਗਤ ਦੇ ਜ਼ੋਰ ਪਾਉਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਯੋਧੇ ਦੀ ਤਸਵੀਰ 2017 ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਅਜਾਇਬ ਘਰ ਵਿਖੇ ਇਸ ਯੋਧੇ ਦੀ ਤਸਵੀਰ ਹੁਣ ਸੁਸ਼ੋਭਿਤ ਕੀਤੀ ਹੈ ਔਰ ਇਸ ਯੋਧੇ ਨੂੰ ਸਾਡਾ ਨਮਨ ਹੈ, ਸਿਰ ਝੁਕਦਾ ਹੈ ਐਸੇ ਯੋਧਿਆਂ ਨੂੰ। ਸੋ ਇਹ ਜਾਣਕਾਰੀ ਬੜੀ ਦੁਰਲੱਭ ਸੀ, ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਔਰ ਐਸੇ ਯੋਧਿਆਂ ਨੂੰ ਯਾਦ ਕਰੀਏ, ਉਹਨਾਂ ਦੇ ਦਿਨ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।